ਸੱਤਰ ਕਿਲੋ ਹੈ, 10 ਕਿਲੋ ਰੱਖ ਕੇ ਉਹਦੇ 'ਚ ਕੁਛ ਹੋਰ ਮਿਕਸ ਕਰਕੇ ਇਸੇ ਕਰਕੇ ਪੁਲਿਸ ਇਨਵੋਲਵ ਹੈ ਇਹਦੇ ਵਿੱਚ ਮਾਰਿਆ ਜਾਂਦਾ, ਕਦੇ ਪੀ ਐੱਸ ਆਈ ਪੜ੍ਹਾਈ ਵੀ ਹੈ, ਇਸ ਕਰਕੇ ਬਹੁਤ ਡੂੰਘਾ ਨੈਕਸਸ ਹੈ, ਬਹੁਤ ਗਹਿਰਾ। ਸਤਿ ਸ਼੍ਰੀ ਅਕਾਲ ਜੀ। ਜਿਹੜਾ ਇਹ ਪੰਜਾਬ ਜਿਹੜਾ ਬਹੁਤ ਗਹਿਰੇ ਦਲਦਲ ਦੇ ਵਿੱਚ ਚਲਾ ਗਿਆ, ਇਹਦੇ ਵਾਸਤੇ ਪੋਲੀਟੀਕਲੀ ਵੀ ਅਤੇ ਸੋਸ਼ਲੀ ਵੀ ਪੂਰਾ ਇੱਕ ਮੁਕੰਮਲ ਹੋਊਗੀ, ਔਰ ਅਸੀਂ ਤਾਂ ਉਹਦੇ 'ਚ ਸਾਥ ਦੇਣ ਨੂੰ ਹਰ ਵਾਰ ਜਿੱਥੇ ਵੀ ਕਹੋਗੇ ਤਿਆਰ। ਚਾਹੇ ਤਾਂ ਕੋਈ ਨਵੀਆਂ ਗਊਸ਼ਾਲਾ ਬਣਾਓ, ਚਾਹੇ ਇਹਨਾਂ ਵਾਸਤੇ ਕੋਈ ਅਲੱਗ ਕੋਈ ਜਗ੍ਹਾ ਬਣਾਓ, ਇਹਨਾਂ ਨੂੰ ਕਿਰਪਾ ਕਰਕੇ ਕਿਤੇ ਨਾ ਕਿਤੇ ਇਹਨਾਂ ਦੀ ਸਾਫ਼ ਸੇਵਾ ਸਾਫ਼ ਸੰਭਾਲ ਕਰੋ, ਕਿਉਂਕਿ ਤੁਸੀਂ ਜਗ੍ਹਾ ਇਹਨਾਂ ਦੀ ਸਾਫ਼ ਸੰਭਾਲ ਦਾ ਐਕਸਲੈਂਟ ਹੈ। ਸੜਕਾਂ 'ਤੇ ਇਹ ਜਾਨਾਂ ਲੈਂਦੇ ਨੇ, ਖੇਤਾਂ 'ਚ ਇਹ ਫਸਲਾਂ ਖਰਾਬ ਥੋੜ੍ਹੀ ਠਾਈ ਵੀ ਹੈ। ਸਤਿ ਸ਼੍ਰੀ ਅਕਾਲ ਜੀ। ਮੌਕਾ ਦਿੱਤਾ ਜਾਂ ਸਾਥ ਦਿੰਦੇ ਹੋ।
ਦੇ ਉਹਨੂੰ ਕਰੀ ਵਰਗੀ ਨਾ ਚਾਰ ਸਾਡੇ ਨੂੰ ਹੁਣ ਅੱਜ ਪੰਜਾਬ ਜਿਹੜਾ ਉਹ ਕਿਸਮਤ ਨੇ ਛੱਡਿਆ ਹੋਇਆ ਮੋਦੀ ਸਾਹਿਬ ਬਾਹਰ ਨਿਕਲਦੇ ਨੇ ਕੱਲ 15 ਅਗਸਤ ਸ਼ਹੀਦ ਕਰਨਾ ਯੂਨੀਵਰਸਿਟੀ ਸੀ ਹਰ ਵਾਰੀ ਅਠਾਈ ਨੂੰ ਪਿਛਲੇ 3 ਸਾਲ ਤੋਂ ਨਹੀਂ ਗਏ 28 ਜੁਲਾਈ ਸ਼ਹੀਦ ਊਧਮ ਸਿੰਘ ਜੀ ਦੀ ਬਰਸੀ ਹੁੰਦੀ ਹੈ ਸੁਨਾਮ ਹਰ ਵਾਰ ਮੌਜੂਦਾ ਮੁੱਖ ਮੰਤਰੀ ਉੱਥੇ ਆਉਂਦਾ ਹੁੰਦਾ ਪਿਛਲੇ 3 ਸਾਲ ਤੋਂ ਨਹੀਂ ਆਇਆ ਸੋ ਇਹ ਸ਼ਹੀਦਾਂ ਦੀਆਂ ਬਰਸੀਆਂ ਤਾਂ ਨਹੀਂ ਹੁੰਦੇ ਨਹੀਂ ਇਹ ਅਰੂਸਾ ਦੇ ਜਨਮਦਿਨ ਮਨਾਉਣ ਜਾਂਦੇ ਆ ਪਹਾੜਾਂ 'ਚ ਸਾਰੀ ਸਰਕਾਰ ਨੂੰ ਲੈ ਕੇ ਇੱਥੋਂ ਹੀ ਸਿੱਧ ਹੁੰਦਾ ਕਿ ਏਜੰਡਾ ਦੇਖੋ 500 ਪਜਾਮਾ ਗੁਰੂ ਸਾਹਿਬ ਦਾ ਬਜਟ ਦੇ ਵਿੱਚ 1 ਰੁਪਇਆ ਪਾਰਲੀਮੈਂਟ 'ਚ ਨਹੀਂ ਬੋਲਿਆ ਉਹ ਤੋਂ ਬਾਅਦ ਵਿੱਤ ਮੰਤਰਾਲੇ ਦੇ 550 ਕਰੋੜ ਜਗਤ ਗੁਰੂ ਸਿੰਘ ਸਿੱਖਾਂ ਦੇ ਸੀਗਾ ਉਹ ਤਾਂ ਜਗਤ ਦੇ ਪੂਰੀ ਦੁਨੀਆਂ ਦੇ ਵਿੱਚ ਉਹਨਾਂ ਦੀ ਬਾਣੀ ਜਿਹੜੀ ਹੈ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਹੈ ਉਹਨਾਂ ਨੂੰ ਪੂਰੀ ਦੁਨੀਆਂ ਦੇ ਵਿੱਚ ਨੇਪਾਲ ਦੇ ਵਿੱਚ ਉਹਨਾਂ ਨੂੰ ਕਿਸੇ ਹੋਰ ਨਾਮ ਨਾਲ ਪੂਜਿਆ ਜਾਂਦਾ ਭੂਟਾਨ 'ਚ ਹੋਰ ਨਾਮ ਨਾਲ ਪੂਜਿਆ ਜਾਂਦਾ ਸ਼੍ਰੀਲੰਕਾ 'ਚ ਹੋਰ ਨਾਮ ਨਾਲ ਪੂਜਿਆ ਜਾਂਦਾ ਫਿਰ ਅਫਗਾਨਿਸਤਾਨ ਇਰਾਕ ਇਰਾਨ ਪੰਜਾਬ ਸੇਵਾ
ਪਤਾ ਹੀ ਕਿਹੜਾ ਚਾਹੁੰਗਾ ਜੀ ਕਿ ਤੁਹਾਨੂੰ ਥੋੜ੍ਹੀ 28 ਨੂੰ ਹੈ ਤਾਂ ਸੀਨੀਅਰ ਨਹੀਂ ਮੈਂ 28 ਵੀ ਹੈ ਮੈਂ ਚਾਹੁੰਦਾ ਕਿ ਜੇ ਪੰਜਾਬ ਦੀ ਸੇਵਾ ਕਰੀ ਤਾਂ ਸਸੀ ਗੱਲ ਦੇ ਜਿੱਥੇ ਵੀ ਮੌਕਾ ਮਿਲਦਾ ਕਰੋ ਤੇ ਮੇਰਾ ਨਾਮ ਮੈਂ ਸੁਖਤਾਰ ਸਿੰਘ ਜੀ ਪਿੰਡ ਸੰਗਤਪੁਰਾ ਹਲਕਾ ਦਿੜਬਾ ਵਿਧਾਨ ਸਭਾ ਲੋਕ ਸਭਾ ਹਲਕਾ ਮੈਂਬਰ ਪਾਰਲੀਮੈਂਟ ਸਰਦਾਰ ਸਿੰਘ ਕੇਜਰੀਵਾਲ ਨੇ ਪਿੰਡਾਂ ਵਿੱਚ ਹਰ ਪਿੰਡ ਜਾ ਕੇ ਲੋਕਾਂ ਨੇ ਸੰਗਤਾਂ ਇਹ ਬੜਾ ਹੀ ਸ਼ਲਾਘਾਯੋਗ ਪ੍ਰੋਗਰਾਮ ਹੈ ਤਾਂ ਕਿ ਜੋ ਲੋਕਾਂ ਦੀਆਂ ਸਮੱਸਿਆ ਨੇ ਹਰ ਵੱਡੇ ਪਿੰਡ ਜਾ ਕੇ ਉਹਨਾਂ ਦੀਆਂ ਸਮੱਸਿਆ ਜੋ ਮਿਲੀ ਸਮੱਸਿਆ ਨੇ ਉਹਨਾਂ ਦੀ ਜਾ ਕੇ ਉਹਨਾਂ ਦਾ ਹਾਲ ਸੁਣੇ ਅਤੇ ਨਾਲ ਨਾਲ ਹੱਲ ਕਰਵਾਉਂਦੇ ਜਮਾਨ ਸਾਹਿਬ ਦੇ ਪਹਿਲੇ ਐਸ ਪੀ ਨੇ ਸਾਡੇ ਦੇਖਦੇ ਜੋ ਉਹਨਾਂ ਦੇ ਬੜਾ ਵਧੀਆ ਕਦਮ ਚੁੱਕੇ ਤਾਂ ਕਿ ਜਿਹੜੀਆਂ ਲੋਕਾਂ ਦੀਆਂ ਮੇਨ ਸਮੱਸਿਆ ਦੇ ਹੱਲ ਕਰਦੇ ਹਾਂ ਅਸੀਂ ਬਾਈ ਧੰਨਵਾਦ ਕਰਦੇ ਹਾਂ ਨਾਲ ਹੀ ਦੂਜੇ ਲੋਕੀ ਪਾਰਟੀਆਂ ਦੇ ਜਿਹੜੇ ਐਮ ਪੀ ਨੇ ਉਹਨਾਂ ਨੂੰ ਵੀ ਕਹਿੰਦੇ ਆ ਵੀ ਮਾਨ ਸਾਹਿਬ ਸਿੱਖਣ ਤਾਂ ਕਿ ਉਹ ਵੀ ਲੋਕਾਂ ਦੀਆਂ ਜਾ ਕੇ ਸਮੱਸਿਆ ਸੁਣਨ ਐਮ ਐਲ ਏ ਨੇ ਜਾਂ ਐਮ ਪੀ ਨੇ ਉਹ ਵੀ ਮਤ ਮਾਨ ਪਾਈ ਮੇਰਾ ਨਾਮ ਦਰਸ਼ਨ ਸਿੰਘ ਆ ਗਿਆ ਪਿੰਡ ਮੇਰਾ ਮਾਲੀ ਆ ਸੰਗਰੂਰ ਦੇ ਨਾਲ ਹੀ ਅਸੀਂ ਬਹੁਤ ਵਧੀਆ ਮੰਨਦੇ ਜੀ ਪਿੰਡ ਪਿੰਡ ਜਾਣਗੇ ਵੱਡੇ ਪਿੰਡਾਂ ਦੇ ਵਿੱਚ ਜਾਣਗੇ ਉੱਥੇ ਦੋ ਚਾਰ ਪਿੰਡ ਆਲੇ ਦੁਆਲੇ ਇਕੱਠੇ ਹੋਣਗੇ ਜੋ ਵੀ ਕਿਸੇ ਦੀ ਸਮੱਸਿਆ ਕਈ ਲੋਕ ਇਹੋ ਜਿਹੇ ਨੇ ਆਪਣੇ ਕੰਮਾਂ ਦੇ ਵਿੱਚੋਂ ਨਿੱਜੀ ਕੰਮਾਂ ਦੇ ਵਿੱਚ ਉਰੇ ਪਹੁੰਚ ਨਹੀਂ ਸਕਦੇ ਉਹ ਆ ਕੇ ਪਿੰਡ ਦੇ ਵਿੱਚ ਆਪੋ ਆਪਣੀਆਂ ਸਮੱਸਿਆ ਦੱਸਣਗੇ ਜਾਣਗੇ ਅੱਛਾ ਹੋਰ ਅੱਗੇ ਵਾਸਤੇ ਪਬਲਿਕ ਨਾਲ ਜੁੜਦੀ ਹੈ ਬਹੁਤ ਚੰਗੀ ਗੱਲ ਹੈ ਇਹਨੂੰ ਤਾਂ ਅਸੀਂ ਕਹਿੰਦੇ ਹਾਂ ਵੀ ਇਹੋ ਜਿਹੇ ਪ੍ਰੋਗਰਾਮ ਤਾਂ ਹੁੰਦੇ ਰਹਿਣ ਬਹੁਤ ਚੰਗੀ ਗੱਲ ਹੈ ਪਿੰਡ ਵਾਸਤੇ ਇਹਨਾਂ ਵਾਸਤੇ ਬਹੁਤ ਵੱਡੀ ਗੱਲ ਹੈ ਕਿਉਂਕਿ ਲੋਕਾਂ ਦੀਆਂ ਸਮੱਸਿਆ ਨੇ ਲੋਕ ਆਪਦੀ ਸਮੱਸਿਆ ਦੱਸਣਗੇ ਇਹ ਉਹਨਾਂ ਦਾ ਹੱਲ ਕਰਦੇ ਆ ਰਹੇ ਨੇ ਕਰਨਗੇ ਵੀ ਮੈਂ ਕਹਿੰਦਾ ਜੀ ਬਹੁਤ ਅਸੀਂ ਤਾਂ 70 ਸਾਲਾਂ ਤੋਂ ਦੇਖ ਰਹੇ ਹਾਂ ਇਹ ਚੀਜ਼ਾਂ 70 ਸਾਲਾਂ ਤੋਂ ਦੇਖ ਰਹੇ ਹਾਂ ਅੱਜ ਤੱਕ ਕਿਸੇ ਐਮ ਪੀ ਨੇ ਪਿੰਡ ਦੇ ਵਿੱਚ ਜਾ ਕੇ ਕਿਸੇ ਵੀ ਪਿੰਡ ਦੇ ਵਿੱਚ ਜਾ ਕੇ ਕਿਸੇ ਦੀ ਸਮੱਸਿਆ ਅਸੀਂ ਤਾਂ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤਾਂ ਕਹਿੰਦੇ ਹਾਂ ਵੀ ਇਹੋ ਜਿਹੇ ਜਿਹੜੇ ਹੋਰ ਵੀ ਐਮ ਪੀ ਨੇ ਪੰਜਾਬ ਦੇ ਐਮ ਪੀ ਹੋਰ ਵੀ ਨੇ ਜਿਹੜੇ ਹੋਰ ਇਹਨਾਂ ਕੋਲ ਆਉਣ ਇਹਨਾਂ ਤੋਂ ਸਿੱਖਿਆ ਲੈਣ ਕਿ ਕਿਵੇਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੇ ਦੁੱਖ ਸੁਣਦੇ ਨੇ ਉਹਨਾਂ ਦੇ ਹੱਲ ਕਰਦੇ ਨੇ ਇਦੋਂ ਵੱਡੀ ਕਿਹੜੀ ਗੱਲ ਅਸੀਂ ਤਾਂ ਕਹਿੰਦੇ ਵੀ ਆਮ ਆਦਮੀ ਪਾਰਟੀ ਆ ਜਿਹੜੀ ਇਦੋਂ ਵੱਡਾ ਸਾਨੂੰ ਤਾਂ ਕੋਈ ਮਿਲਿਆ ਨਹੀਂ ਹੈਗਾ ਜਿਹੜਾ ਪੰਜਾਬ ਦੇ ਵਿੱਚ ਇਹਨੇ ਜਾ ਕੇ ਘਰਾਂ ਦੇ ਵਿੱਚ ਪਿੰਡ ਦੇ ਵਿੱਚ ਜਾ ਕੇ ਸਮੱਸਿਆ ਦੱਸੀ ਆ ਹੁਣ ਉਹਨਾਂ ਦੀਆਂ ਹੱਲ ਮਾਨ ਸਾਹਿਬ ਦਾ ਕੌਣ ਕਰਦੇ ਆ ਜਿਹਨਾਂ ਨੇ ਇਹ ਜੇ